ਕਾਫੀ ਦਿਨਾਂ ਤੋਂ ਸਿੱਧੂ ਮੂਸੇਵਾਲੇ ਦੇ ਸਰੀ ਲਾਈਵ ਸ਼ੋਅ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਬੈਨ ਕੀਤੇ ਜਾਣ ਦੀਆਂ ਖਬਰਾਂ ਅਫਵਾਹਾਂ ਕਾਫੀ ਜ਼ਿਆਦਾ ਵਾਇਰਲ ਕੀਤੀਆਂ ਜਾ ਰਹੀਆਂ ਸਨ, ਜਿਸ ਬਾਰੇ ਬਹੁਤ ਸਾਰੇ ਇੰਤਜ਼ਾਰ ਤੋਂ ਬਾਅਦ ਅੱਜ ਸਿੱਧੂ ਮੂਸੇਵਾਲੇ ਨੇ ਜਿੱਥੇ ਆਪਣੀ ਕਲੀਅਰੈਂਸ ਦਿੱਤੀ ਉੱਥੇ ਇਹਨਾਂ ਅਫਵਾਹਾਂ ਉਠਾਉਣ ਵਾਲਿਆਂ ਦੀ ਚੰਗੀ ਮੰਜੀ ਵੀ ਠੋਕੀ। ਸਿੱਧੂ ਮੂਸੇਵਾਲੇ ਨੇ ਇਸ ਬਾਰੇ ਹੋਰ ਕੀ ਕਿਹਾ ਤੁਹਾਨੂੰ ਦਿਖਾਉਣ ਦੇ ਲਈ ਲੈ ਚੱਲਦੇ ਹਾਂ ਉਹਨਾਂ ਦੀ ਇਸ ਲਾਈਵ ਵੀਡੀਓ ਵੱਲ। ਨਾਲ ਹੀ ਸਿੱਧੂ ਮੂਸੇਵਾਲੇ ਦੇ ਸਾਰੇ ਫੈਨਸ ਨੂੰ ਰਿਕੁਐਸਟ ਕਰਾਂਗੇ ਕਿ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਸੋ ਆਓ ਹੁਣ ਤੁਹਾਡੀ ਝਲਕ ਮਰਾਉਂਦੇ ਹਾਂ ਇਸ ਵੀਡੀਓ 'ਤੇ। ਬਈ ਸਾਰੇ ਠੀਕ ਠਾਕ ਹੋ ਜੀ, ਕੀ ਹਾਲ ਚਾਲ ਹੈ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਮੇਰੇ ਬੰਨੀਓ। ਬਈ ਜਨਤਾ ਸਰੀ ਝੜੀ ਕਰੀ ਸੀ ਅੱਜ। ਹਾਂ ਵੀਰੇ ਯਾਰ, ਹੁਣ ਤਾਂ ਕੀ ਨਹੀਂ ਦਿੱਤਾ ਯਾਰ, ਵੀ ਕੀ ਬਸ ਉਹੀ ਫਤਹੀਆਂ ਗੱਲਾਂ ਲੋਕਾਂ ਦੀਆਂ, ਵੀ ਐਵੇਂ ਦੋ ਤਿੰਨ ਜਾਣੇ ਹਨਾ, ਤੁਹਾਨੂੰ ਪਤਾ ਵੀ ਯਾਰ ਕਿਹਨੇ ਨਾ, ਤੁਹਾਨੂੰ ਮੈਂ ਸਾਰੀ ਮੋਟੀ ਜਿਹੀ ਗੱਲ ਹੀ ਦੱਸਦਾ ਵੀ ਉਹ ਕੀ ਸੀਨ ਸੀ। ਮੈਂ ਦੋ ਤਿੰਨ ਮੈਂ ਨਹੀਂ ਬੋਲਿਆ ਹਨਾ, ਮੈਨੂੰ ਹੁਣ ਤੁਸੀਂ ਵਿੱਚ ਅੱਗੇ ਤੁਹਾਡਾ ਮੈਸੇਜ ਆ ਗਿਆ ਨਾ ਮੈਨੂੰ, ਚਲੋ ਮੈਂ ਤੁਹਾਨੂੰ ਐਕਸਪਲੇਨ ਕਰਦਾ ਵੀ ਕੀ ਸਿਚੁਏਸ਼ਨ ਸੀ। ਐਕਚੁਲੀ ਸ਼ੋਅ ਸੀਗਾ 5X ਫੈਸਟੀਵਲ, ਅਤੇ ਉਹਦੇ 'ਤੇ ਕੀ ਚੱਕਰ ਚੱਲਿਆ ਛੋਟਾ ਜਿਹਾ ਵੀ, ਕਿਉਂਕਿ ਆਪਣੇ ਜਿਹੜਾ ਮੇਰਾ ਪਹਿਲਾਂ ਸ਼ੋਅ ਸੀ ਉੱਥੇ ਇੱਕ ਸਟੈਬਿੰਗ ਹੋਈ ਸੀਗੀ, ਅਤੇ ਉਹ ਬਹੁਤ ਮਾੜੀ ਗੱਲ ਹੈ ਯਾਰ ਹੈ ਨਾ। ਮੈਂ ਹਮੇਸ਼ਾ ਹਰੇਕ ਸ਼ੋਅ 'ਤੇ ਕਹਿੰਦਾ ਹੁੰਦਾ ਵੀ ਬ੍ਰੋ, ਆਪਾਂ ਘੱਟੋ ਘੱਟ ਆਪਾਂ ਸਾਰੇ ਪੰਜਾਬੀ ਹਾਂ ਨਾ, ਆਪਣੀ ਇੱਕ ਕਮਿਊਨਿਟੀ, ਆਪਾਂ ਤਾਂ ਆਪਸ ਨਾ ਲੜੀਏ ਨਾ। ਚਲੋ ਉੱਥੇ ਸਟੈਬਿੰਗ ਹੋਈ ਸੀ ਅਤੇ ਪੁਲਿਸ ਨੇ ਇਹ ਰੈਕਮੈਂਡੇਸ਼ਨ ਕੀਤੀ ਸੀ ਵੀ ਜੇ ਤੁਸੀਂ ਸ਼ੋਅ ਕਰਦੇ ਜੇ ਸਿੱਧੂ ਨੂੰ ਬੁਲਾਉਣਾ ਤਾਂ ਤੁਸੀਂ ਮੋਰ ਸਿਕਿਉਰਿਟੀ ਲੈ ਕੇ ਆਇਓ, ਹੋਰ ਸਿਕਿਉਰਿਟੀ ਕਰਿਓ, ਟਾਈਟ ਪ੍ਰਬੰਧ ਰੱਖਿਓ ਸਾਰਾ, ਕਿਉਂਕਿ ਉੱਥੇ ਬੰਦੇ ਵੀ ਜ਼ਿਆਦਾ ਆਉਣਗੇ ਅਤੇ ਤੁਹਾਨੂੰ ਸਿਕਿਉਰਿਟੀ, ਓਬਵੀਅਸ ਜੀ ਗੱਲ ਹੈ ਵੀ ਤੁਹਾਨੂੰ ਸਿਕਿਉਰਿਟੀ ਜ਼ਿਆਦਾ ਕਰਨੀ ਪਊ। ਵੀ ਜਿਹੜੇ ਕਹਿੰਦੇ ਜੀ ਨਹੀਂ ਨਹੀਂ ਸਿੱਧੂ ਤਾਂ ਲਾਉਣਾ ਜੀ, ਉਹ ਤਾਂ ਕਲਚਰ ਨੂੰ ਥਰੈਟ ਹੈ, ਫਲਾਨਾ ਧਮਕਾ ਜੇ ਵੋ ਹੈ ਨਾ, ਅਤੇ ਕੁਛ ਕੁ ਬੰਦੇ ਉਹ ਸੀ, ਕੁਛ ਆਰ ਸੀ ਐਮ ਪੀ ਨੇ ਨਹੀਂ ਕਿਹਾ ਜੀ, ਕੋਈ ਕੁਛ ਨਹੀਂ ਕਿਹਾ। ਮੈਂ ਸਰੀ ਦੇ ਵਿੱਚ ਵੀ ਬਥੇਰੇ ਵਾਰੀ, ਮੈਂ ਟੋਰਾਂਟੋ ਦੇ ਵਿੱਚ ਵੀ, ਮੈਂ ਪੂਰੇ ਯੂ ਐਸ ਦੇ ਵਿੱਚ ਸ਼ੋਅ ਕੀਤਾ, ਇੱਕ ਸਿੰਗਲ ਲੜਾਈ ਨਹੀਂ ਹੋਈ ਹੈ ਨਾ। ਅਤੇ ਆਹ ਦੋ ਤਿੰਨ ਜਿਹੜੇ ਜ਼ਿਆਦਾ ਜਿੰਨਾ ਦੇ ਸਾਲਿਆਂ ਦੇ ਮਿਰਚ ਲੜਦੀ ਹੈ ਨਾ, ਦੋ ਤਿੰਨ ਜਿਹੜੇ ਪੱਤਰਕਾਰ ਹਨ, ਮੈਂ ਹੁਣ ਪੱਤਰਕਾਰ ਨਹੀਂ ਕਹਿ ਸਕਦਾ, ਉਹਨਾਂ ਨੂੰ ਮੈਂ ਇਹੋ ਜਿਹਾ ਸ਼ਬਦ ਬੋਲਣਾ ਸੀ ਇਹਦਾ ਵੀ ਬਹੁਤ ਐਪਰੋਪ੍ਰੀਏਟ ਰਹਿਣਾ ਸੀ ਉਹਨਾਂ ਲਈ ਹੈ ਨਾ, ਕਿੰਨਾ ਕੁਛ ਬੋਲਿਆ ਵੀ ਇੱਦਾਂ ਇੱਦਾਂ ਜਾਂ ਉੱਦਾਂ ਵੀ ਸਿੱਧੂ ਇਹ ਕਰਦਾ। ਮੈਂ ਕਦੇ ਨਹੀਂ ਕਿਸੇ ਨੂੰ ਜਵਾਬ ਦਿੱਤਾ ਵੀ ਯਾਰ ਠੀਕ ਹੈ, ਇਸ ਓਕੇ, ਮੇ ਬੀ ਹੋ ਸਕਦਾ ਤੁਹਾਡਾ ਵਿਚਾਰ ਮੇਰੇ ਲਈ ਰੋਂਗ ਹੋਵੇ, ਸ਼ਾਇਦ ਤੁਸੀਂ ਮੈਨੂੰ ਮਿਲੇ ਨਾ ਹੋਵੋ, ਤਾਂ ਕਰਕੇ ਤੁਹਾਨੂੰ ਮੈਂ ਮਾੜਾ ਲੱਗਦਾ ਵਾਂ। ਪਰ ਬਾਈ ਵੀ ਜਦੋਂ ਟਾਈਮ ਨਾਲ ਜਦੋਂ ਵੀ ਸਾਰੀਆਂ ਚੀਜ਼ਾਂ ਹੁੰਦੀਆਂ ਉਹ ਕਲੀਅਰ ਹੁੰਦੀਆਂ ਰਹਿੰਦੀਆਂ, ਪਰ ਸਾਲੇ ਦੋ ਚਾਰ ਦੀ ਤਾਂ ਪਤਾ ਨਹੀਂ ਕੀ ਮੈਂ ਕੁਛ ਉਹਨਾਂ ਦਾ ਸਾਲਿਆਂ ਦਾ ਮੈਂ ਦੱਬ ਲਿਆ, ਅਤੇ ਸਾਲੇ ਐਵੇਂ ਪੰਗੇ ਲਈ ਜਾਂਦੇ ਨੇ ਪ੍ਰਾਹੁਣੇ ਨਾਲ, ਕੋਈ ਤੰਗ ਕਰੀ ਜਾਂਦੇ ਨੇ ਵੀ ਇੱਦਾਂ ਕਰ ਦਿਉ ਉੱਦਾਂ ਕਰ ਦਿਉ ਨਾ। ਬ੍ਰਦਰ ਅੱਜ ਮੈਂ ਇੱਕੋ ਹੀ ਗੱਲ ਪੁੱਛਣਾ ਵੀ ਭਰਾ, ਅਤੇ ਉਹ ਖਬਰ ਜਿਹੜੀ ਤੁਹਾਨੂੰ ਮੈਂ ਜਿਹੜੀ ਤੁਹਾਨੂੰ ਮੈਂ ਗੱਲ ਕਹਿ ਰਿਹਾ ਸੀਗਾ ਵੀ ਉਹ ਜਿਹੜਾ ਮਸਲਾ ਸੀਗਾ ਵੀ ਹਾਂ ਆਰ ਸੀ ਐਮ ਪੀ ਨੇ ਕੁਛ ਕਿਹਾ ਜਾਂ ਨਹੀਂ ਕਿਹਾ, ਆਰ ਸੀ ਐਮ ਪੀ ਨੂੰ ਤੁਸੀਂ ਕਿਤੇ ਵੀ ਅਫੀਸ਼ੀਅਲ ਸਟੇਟਮੈਂਟ ਦਿਖਾ ਦਿਓ ਵੀ ਆਰ ਸੀ ਐਮ ਪੀ ਨੇ ਕਿਹਾ ਵੀ ਸਿੱਧੂ ਪਬਲਿਕ ਸੇਫਟੀ ਥ੍ਰੈਟ ਹੈ, ਉਹਨਾਂ ਨੇ ਜ਼ਰੂਰ ਇੰਨਾ ਜ਼ਰੂਰ ਕਿਹਾ ਵੀ ਉੱਥੇ ਜੇ ਤੁਸੀਂ ਸਿੱਧੂ ਦਾ ਸ਼ੋਅ ਕਰਵਾ ਰਹੇ ਹੋ ਤਾਂ ਤੁਸੀਂ ਪ੍ਰੋਪਰ ਤਰੀਕੇ ਨਾਲ ਸਿਕਿਉਰਿਟੀ ਦਿਓ ਹੈ ਨਾ, ਕਿਉਂਕਿ ਉੱਥੇ ਘੱਟ ਜ਼ਿਆਦਾ ਹੋ ਜਾਂਦਾ। ਪਰ ਦੋ ਤਿੰਨ ਪੱਤਰਕਾਰਾਂ ਦੀ ਇਹੋ ਜਿਹੀ ਮੱਖ ਲੜੀ ਹੈ, ਉਹਨਾਂ ਨੇ ਸਾਰੀ ਖਬਰ ਘੁਮਾ ਕੇ ਜੀ ਸਿੱਧੂ ਨੂੰ ਕਰਤਾ ਜੀ ਫਲਾਨੇ ਥਾਂ ਬੈਨ। ਦੇਖੋ ਜੀ ਜ਼ਿੰਦਗੀ ਦਿੱਤੀ ਹੈ ਰੱਬ ਨੇ, ਅਤੇ ਕਦੇ ਕਿਸੇ ਤੋਂ ਸਾਲੇ ਤੋਂ ਖੋ ਕੇ ਨਹੀਂ ਖਾਧਾ, ਕਿਸੇ ਦਾ ਚੱਕਿਆ ਨਹੀਂ, ਅਤੇ ਕਿਸੇ ਦਾ ਕੁਛ ਨਹੀਂ ਕੀਤਾ, ਜੋ ਕੀਤਾ ਆਪਣੀ ਮਿਹਨਤ ਨਾਲ ਕੀਤਾ, ਠੀਕ ਹੈ ਨਾ। ਸਾਲਿਆਂ ਦੇ ਦੋ ਤਿੰਨ ਤਾਂ ਐਵੇਂ ਮੱਖ ਲੜਦੀ ਰਹਿੰਦੀ ਹੈ, ਜਿਹੜੀ ਲੜਦੀ ਹੈ ਬੈਨ, ਬੈਨ ਜਿੱਦਣ ਹੋਇਆ ਤਾਂ ਦਿਲਾਂ 'ਚੋਂ ਬੈਨ ਹੋਣਾ ਔਖਾ, ਠੀਕ ਹੈ ਨਾ, ਜਿੱਦਣ ਬੈਨ ਹੋਊਗਾ ਦਿਲਾਂ 'ਚੋਂ ਉੱਦਣ ਮੈਂ ਮੰਨ ਲੂੰਗਾ ਵੀ ਬੈਨ ਆ, ਜੋ ਜਿਹਨੇ ਕਰਨਾ ਬਈ ਕਰ ਲਿਓ, ਜੋ ਮੇਰੀ ਕਿਸਮਤ 'ਚ ਲਿਖਿਆ ਪਰਮਾਤਮਾ ਨੇ ਸੱਚੇ ਪਾਤਸ਼ਾਹ ਨੇ ਲਿਖ ਕੇ ਦਿੱਤਾ ਵੀ ਤੇਰਾ ਆਹ ਤੇਰਾ ਹੈਗਾ, ਅਤੇ ਉਹ ਮੈਂ ਹੀ ਲਊਂਗਾ, ਭਲਾ ਨਹੀਂ ਜੋ ਮਰਜ਼ੀ ਹੋ ਜਾਵੇ, ਠੀਕ ਹੈ ਨਾ, ਭਲਾ ਨਹੀਂ ਸਾਡੀ ਸਾਰੀ ਦੁਨੀਆ ਇੱਕ ਪਾਸੇ ਹੋ ਜਾਵੇ, ਠੀਕ ਹੈ ਨਾ, ਜਿੰਨਾ ਚਿਰ ਪਰਮਾਤਮਾ ਦਾ ਸਾਥ ਹੈ ਜਿੰਨਾ ਚਿਰ ਉਹਨੇ ਨਹੀਂ ਨਾ ਬੈਨ ਕੀਤਾ, ਬਈ ਭਲਾ ਨਹੀਂ ਬਰੋ ਵੱਡੇ ਵੱਡੇ ਪੈਂਪਲੇਟ ਲਾ ਦਿਓ ਉਹਨਾਂ ਨੂੰ। ਮੈਂ ਆਹ ਤਾਂ ਸ਼ੋਅ ਮੈਂ ਚਲੋ ਕਰਨੀ ਨਹੀਂ ਸੀ, ਮੈਂ ਐਤਕੀ ਕੈਨੇਡਾ 'ਚ ਕੋਈ ਸ਼ੋਅ ਨਹੀਂ ਕਰਦਾ, ਮੈਂ ਹੁਣ ਅਗਲੇ ਸਾਲ ਕਹਿ ਕੇ ਆਊਂਗਾ, ਠੀਕ ਹੈ ਨਾ, ਵੀ ਹਾਂ ਬਈ ਮੈਂ ਸ਼ੋਅ ਕਰ ਰਿਹਾ ਅਤੇ ਤੁਸੀਂ ਬੈਨ ਲਵਾ ਕੇ ਦਿਖਾਇਓ ਹੈ ਨਾ।